ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫਾਲੋ ਕਰੋ। ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7 ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਮੋਹਨ ਭੰਡਾਰੀ ਦੀ ਲਿਖੀ ਕਹਾਣੀ ਖੁਸ਼ਖਬਰੀ। ਭੁਚਾਲ ਆਇਆ ਅਤੇ ਚਲਿਆ ਗਿਆ। ਅਣਗਿਣਤ ਲੋਕ ਮਾਰੇ ਗਏ, ਘਰ ਢਹਿ ਗਏ, ਰੁੱਖ ਉੱਖੜ ਗਏ। ਇੱਕ ਚਿੜੀ ਅਤੇ ਚਿੜਾ ਬਚ ਗਏ। ਉਹ ਉੱਡਦੇ ਉੱਡਦੇ ਇੱਕ ਢੱਠੇ ਹੋਏ ਘਰ 'ਚ ਜਾ ਵੜੇ। ਇੱਕ ਸੁਰੱਖਿਅਤ ਜਾਪਦਾ ਖੂੰਜਾ ਉਹਨਾਂ ਜਾ ਮੱਲਿਆ। ਉੱਥੋਂ ਉਹਨਾਂ ਨੂੰ ਉਡਾਉਣ ਵਾਲਾ ਕੋਈ ਨਹੀਂ ਸੀ। ਕੁਝ ਹੋਸ਼ ਆਈ ਤਾਂ ਚਿੜੇ ਨੇ ਕਿਹਾ, ਸ਼ੁਕਰ ਹੈ ਜਾਨ ਤਾਂ ਬਚੀ। ਪਰ ਚਿੜੀ ਹਾਲੇ ਵੀ ਡਰੀ ਹੋਈ ਸੀ। ਉਹ ਕੰਬਦੀ ਆਵਾਜ਼ ਵਿੱਚ ਬੋਲੀ, ਅਜੇ ਕੀ ਪਤਾ ਫਿਰ ਤੂਫਾਨ ਆ ਜਾਵੇ। ਇਸ ਘਰ ਦੀ ਤਾਂ ਛੱਤ ਵੀ ਹੈ ਨਹੀਂ। ਮੈਂ ਤਾਂ ਕਹਿੰਦੀ ਹਾਂ ਕਿ ਆਪਾਂ ਇੱਥੋਂ ਕਿਸੇ ਦੂਰ ਦੁਰਾਡੇ ਦੇਸ਼ ਵਿੱਚ ਚਲੇ ਚੱਲੀਏ। ਚਿੜੇ ਨੇ ਗੁੱਸੇ ਹੋ ਕੇ ਆਖਿਆ, ਕਿਉਂ ਚਿੜਚਿੜ ਕਰੀ ਜਾਂਦੀ ਹੈ? ਉੱਥੇ ਭੁਚਾਲ ਨਹੀਂ ਆ ਸਕਦਾ? ਆਪਣਾ ਦੇਸ਼ ਛੱਡ ਕੇ ਨਹੀਂ ਜਾਈਦਾ? ਨਵੀਂ ਥਾਂ, ਨਵੀਆਂ ਮੁਸੀਬਤਾਂ। ਚਿੜੀ ਚੁੱਪ ਰਹੀ। ਅਗਲੇ ਦਿਨ ਸਵੇਰੇ ਸਵੇਰੇ ਉਹਨਾਂ ਨੇ ਹਿੰਮਤ ਨਾਲ ਇੱਕ ਇੱਕ ਤੀਲਾ ਇਕੱਠਾ ਕਰਕੇ ਕੰਮ ਚਲਾਓ ਆਲ੍ਹਣਾ ਬਣਾ ਲਿਆ। ਚਿੜੇ ਨੂੰ ਭੁੱਖ ਲੱਗੀ ਤਾਂ ਉਹਨੇ ਚਿੜੀ ਦੀ ਖੂਬ ਤਾਰੀਫ ਕੀਤੀ ਅਤੇ ਖਿਚੜੀ ਬਣਾਉਣ ਲਈ ਕਿਹਾ। ਚਿੜੀ ਖੁਸ਼ ਹੋਈ। ਉਹਨੇ ਨਿੱਕੀਆਂ ਨਿੱਕੀਆਂ ਇੱਟਾਂ ਦਾ ਚੁੱਲ੍ਹਾ ਬਣਾਇਆ। ਘਰ ਵਿੱਚੋਂ ਹੀ ਲੱਕੜੀ ਦੇ ਛੋਟੇ ਛੋਟੇ ਟੁਕੜੇ ਇਕੱਠੇ ਕਰਕੇ ਕਿਸੇ ਤਰ੍ਹਾਂ ਅੱਗ ਬਾਲੀ ਅਤੇ ਖਿਚੜੀ ਪਕਾਈ। ਦੋਵਾਂ ਨੇ ਰੱਜ ਕੇ ਖਾਧੀ। ਬਸ ਫਿਰ ਕੀ ਸੀ, ਉਹਨਾਂ ਦੀ ਦੇਖਾ ਦੇਖੀ ਹੌਲੀ ਹੌਲੀ ਦੂਜੇ ਪੰਛੀ ਅਤੇ ਜਨੌਰ ਵੀ ਗੁਆਂਢ 'ਚ ਆ ਕੇ ਰਹਿਣ ਲੱਗੇ। ਉਹ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ। ਚਿੜੀ ਨੇ ਹੌਲੀ ਜਿਹੀ ਚਿੜੇ ਦੇ ਕੰਨ 'ਚ ਕਿਹਾ, ਇਹਨਾਂ ਦਾ ਇੱਥੇ ਕੀ ਕੰਮ? ਚਿੜੇ ਨੇ ਉਹਨੂੰ ਦਿਲਾਸਾ ਦਿੱਤਾ ਅਤੇ ਕਹਿਣ ਲੱਗਿਆ, ਕੋਈ ਗੱਲ ਨਹੀਂ, ਸਾਡਾ ਆਲ੍ਹਣਾ ਬਹੁਤ ਉੱਚਾ, ਇਹ ਇੱਥੇ ਨਹੀਂ ਚੜ ਸਕਦੇ। ਤੂੰ ਨਿਸ਼ਚਿੰਤ ਰਹਿ, ਚੁੱਪ ਚਾਪ ਆਪਣਾ ਵਕਤ ਕੱਟੀਏ, ਬਚਾਅ ਵਿੱਚ ਹੀ ਬਚਾਅ ਏ, ਇਹ ਆਪਣੇ ਸ਼ਰੀਕ ਨੇ। ਚਿੜੀ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਚਿੜੀ ਨੇ ਵਿੱਚੋਂ ਹੀ ਟੋਕਦੇ ਆਖਿਆ, ਉਹੀ ਕੀਤੀ ਨਾ ਤੀਵੀਂ ਵਾਲੀ ਚਲਾਕੀ। ਕਮਲੀਏ, ਇਹ ਆਪਣੇ ਭਾਈਵੰਦ ਨੇ, ਦੁੱਖ ਸੁੱਖ ਦੇ ਸਾਥੀ, ਲੋੜ ਵੇਲੇ ਇਹੀ ਕੰਮ ਆਉਂਦੇ ਹੁੰਦੇ ਨੇ, ਸਮਝੀ? ਚਿੜੀ ਨੇ ਸਿਆਣਪ ਤੋਂ ਕੰਮ ਲਿਆ। ਐਵੇਂ ਗੱਲ ਵਧਾਈ ਜਾਣੀ ਕਲੇਸ਼ ਦਾ ਸਬੱਬ ਬਣ ਜਾਂਦੀ। ਚਿੜੇ ਨੇ ਸਮਝ ਲਿਆ ਕਿ ਉਹ ਸਮਝ ਗਈ। ਕੁਝ ਦਿਨ ਲੰਘ ਗਏ। ਉੱਥੇ ਲਾਗਲੇ ਘਰਾਂ ਵਿੱਚ ਲੋਕ ਆਉਣੇ ਸ਼ੁਰੂ ਹੋ ਗਏ। ਚਿੜੀ ਤੋਂ ਹੋਰ ਚੁੱਪ ਨਾ ਰਿਹਾ ਗਿਆ। ਉਹ ਬੋਲ ਉੱਠੀ, ਹੁਣ ਕੀ ਕੀਤਾ ਜਾਵੇ? ਚਿੰਤਾ ਤਾਂ ਚਿੜੇ ਨੂੰ ਵੀ ਹੋਈ, ਪਰ ਉਹ ਡਰਪੋਕ ਨਹੀਂ ਸੀ ਘਾਉਣਾ ਚਾਹੁੰਦਾ। ਡਰੀ ਹੋਈ ਦਲੇਰੀ ਨਾਲ ਉਹ ਬੋਲਿਆ, ਤੂੰ ਘਬਰਾਈ ਕਿਉਂ ਜਾਂਦੀ ਹੈ? ਕਾਂ, ਕਬੂਤਰ, ਗਟਾਰਾਂ ਅਤੇ ਘੁੱਗੀਆਂ, ਜਦੋਂ ਇਸ ਘਰ ਦਾ ਮਾਲਕ ਆਵੇਗਾ ਤਾਂ ਦੇਖ ਲਵਾਂਗੇ। ਚਿੜੀ ਨੇ ਹੁੰਗਾਰਾ ਦਿੱਤਾ, ਗੱਲ ਤਾਂ ਤੇਰੀ ਸਹੀ ਹੈ, ਪਰ ਮੈਨੂੰ ਆਦਮੀਆਂ ਤੋਂ ਬਹੁਤ ਡਰ ਲੱਗਦਾ। ਇਹ ਗੋਲੀ ਮਾਰਨ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦੇ। ਚਿੜੇ ਨੇ ਉਸ ਦੀ ਹਾਮੀ ਭਰਦਿਆਂ ਆਖਿਆ, ਚਲੋ ਕਾਂ ਨਾਲ ਸਲਾਹ ਕਰਦੇ ਹਾਂ, ਉਹ ਬੜਾ ਹੁਸ਼ਿਆਰ ਹੈ, ਸਭ ਤੋਂ ਚਲਾਕ, ਕੋਈ ਨਾ ਕੋਈ ਰਾਹ ਨਿਕਲ ਆਏਗਾ। ਕਾਂ ਨੇ ਧੀਰਜ ਨਾਲ ਸਾਰੀ ਗੱਲ ਸੁਣ ਕੇ ਉਹਨਾਂ ਨੂੰ ਹੌਸਲਾ ਦਿੱਤਾ, ਅਸੀਂ ਸਾਰੇ ਇਕੱਠੇ ਰਹਾਂਗੇ, ਚਿੰਤਾ ਨਾ ਕਰੋ, ਮੇਰੀ ਅੱਖ ਬੜੀ ਤੇਜ਼ ਹੈ, ਦੂਰੋਂ ਸਭ ਕੁਝ ਦੇਖ ਲੈਂਦੀ ਹੈ। ਮੈਂ ਚੋਰੀ ਚੋਰੀ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਾਂਗਾ, ਫਿਰ ਤੁਹਾਨੂੰ ਦੱਸਾਂਗਾ ਕਿ ਇਹਨਾਂ ਦੇ ਮਨ ਵਿੱਚ ਕੀ ਹੈ। ਕਾਂ ਉਡਾਰੀ ਮਾਰ ਕੇ ਇੱਕ ਹਵੇਲੀ ਦੀ ਛੱਤ 'ਤੇ ਜਾ ਬੈਠਾ। ਖੁੱਲ੍ਹੇ ਵਿਹੜੇ ਵਿੱਚ ਆਦਮੀਆਂ ਦਾ ਜਲਸਾ ਹੋ ਰਿਹਾ ਸੀ। ਇੱਕ ਨੇਤਾ ਭਾਸ਼ਣ ਦੇ ਰਿਹਾ ਸੀ, ਅਸੀਂ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ, ਗੌਰਵ ਯਾਤਰਾ ਬੜੀ ਸ਼ਾਂਤੀ ਨਾਲ ਸੰਪੂਰਨ ਹੋ ਗਈ। ਸਾਡੇ ਦੇਸ਼ ਵਿੱਚ ਲੋਕਤੰਤਰ ਹੈ, ਲੋਕਤੰਤਰ ਦੀ ਸ਼ਰਤ ਹੁੰਦੀ ਹੈ ਇਲੈਕਸ਼ਨ, ਅਸੀਂ ਇਲੈਕਸ਼ਨ ਕਰਵਾਵਾਂਗੇ ਅਤੇ ਜਿੱਤਾਂਗੇ। ਕਿਸੇ ਨੇ ਲੋਕਾਂ ਵਿੱਚੋਂ ਖੜ੍ਹੇ ਹੋ ਕੇ ਸਵਾਲ ਕੀਤਾ, ਕੀ ਇਹ ਵਾਜਬ ਹੈ ਕਿ ਜਦੋਂ ਜਨਤਾ ਦੀਆਂ ਭਾਵਨਾਵਾਂ ਭੜਕੀਆਂ ਹੋਣ ਤਾਂ ਚੋਣਾਂ ਕਰਵਾਈਆਂ ਜਾਣ? ਇਹ ਬਾਅਦ ਵਿੱਚ ਨਹੀਂ ਕਰਵਾਈਆਂ ਜਾ ਸਕਦੀਆਂ ਜਦ ਅਮਨ ਚੈਨ ਹੋਵੇ? ਨੇਤਾ ਨੇ ਬੜੇ ਆਰਾਮ ਨਾਲ ਮੁਸਕਰਾਉਂਦਿਆਂ ਹੋਇਆਂ ਕਿਹਾ, ਸਾਡੇ ਰਾਸ਼ਟਰਪਤੀ ਦਾ ਫਰਮਾਨ ਹੈ, ਜੋ ਕੱਲ੍ਹ ਕਰਨਾ ਹੈ ਅੱਜ ਕਰ। ਵਿਹੜਾ ਲੋਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ। ਕਾਂ ਉੱਡ ਕੇ ਚਿੜੇ ਕੋਲ ਆਇਆ, ਉਸਨੂੰ ਖੁਸ਼ਖਬਰੀ ਦਿੱਤੀ, ਅਜੇ ਆਦਮੀ ਆਪਸ ਵਿੱਚ ਲੜ ਰਹੇ ਨੇ, ਸਾਨੂੰ ਜਨੌਰਾਂ ਨੂੰ ਕੋਈ ਖਤਰਾ ਨਹੀਂ।